ਕੋਰੋਨਾ ਨੂੰ ਲੈ ਕੇ ਵੀ ਵੈਕਸੀਨੇਸ਼ਨ ਹੋ ਰਹੀ ਹੈ ਤੇ ਪੀਐਮ ਨਰਿੰਦਰ ਮੋਦੀ ਨੇ ਕੋਰੋਨਾ ਵੈਕਸੀਨ ਲਗਵਾਈ ਹੈ। ਵੱਡੀ ਖਬਰ, ਪੀਐਮ ਮੋਦੀ ਨੇ ਲਗਵਾਈ ਹੈ ਕੋਰੋਨਾ ਵੈਕਸੀਨ, ਦੇਸ਼ਵਾਸੀਆਂ ਨੂੰ ਕੋਰੋਨਾ ਮੁਕਤ ਕਰਨ ਚ ਸਹਿਯੋਗ ਦੀ ਅਪੀਲ ਕੀਤੀ ਹੈ। ਦੱਸਦੀਏ ਕਿ ਏਮਸ ਦੇ ਵਿੱਚ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਵਾਈ ਹੈ, ਡਾਕਟਰਾਂ ਵਿਗਿਆਨੀਆਂ ਦੇ ਕੰਮ ਦੀ ਵੀ ਸ਼ਲਾਘਾ ਕੀਤੀ ਹੈ। ਦੇਸ਼ ਨੂੰ ਕੋਰੋਨਾ ਮੁਕਤ ਕਰਨ ਚ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ। ਔਰ ਏਮਸ ਦੇ ਵਿੱਚ ਕੋਵਿਡ-19 ਵੈਕਸੀਨ ਦਾ ਟੀਕਾ ਲਗਵਾਇਆ ਗਿਆ, ਡਾਕਟਰਾਂ ਵਿਗਿਆਨੀਆਂ ਦੇ ਕੰਮ ਦੀ ਸ਼ਲਾਘਾ ਕੀਤੀ ਹੈ। ਦੱਸੀਏ ਕਿ ਵੈਕਸੀਨ ਲਗਵਾਈ ਹੈ, ਪੀਐਮ ਨਰਿੰਦਰ ਮੋਦੀ ਨੇ ਕੋਰੋਨਾ ਵੈਕਸੀਨ ਲਗਵਾਈ ਹੈ। ਦੇਸ਼ ਨੂੰ ਕੋਰੋਨਾ ਮੁਕਤ ਕਰਨ ਦੇ ਵਿੱਚ ਲੋਕਾਂ ਨੂੰ ਸਹਿਯੋਗ ਕਰਨ ਦੀ ਮੰਗ ਕੀਤੀ ਹੈ, ਅਪੀਲ ਕੀਤੀ ਹੈ। ਕੋਰੋਨਾ ਦੀ ਜਿਸ ਹਿਸਾਬ ਦੇ ਨਾਲ ਵਾਪਸੀ ਆ ਰਹੀ ਹੈ, ਵੱਡਾ ਚਿੰਤਾ ਦਾ ਵਿਸ਼ਾ ਹੈ। ਔਰ ਅੱਜ ਤੋਂ ਜਿਹੜੀਆਂ ਨੇ ਬੰਦਿਸ਼ਾਂ ਲਾਗੂ ਵੀ ਹੋਣਗੀਆਂ, ਸੋ ਕਿਸ ਤਰ੍ਹਾਂ ਦੇ ਨਾਲ ਕੀ ਕੁਝ ਹਾਲਾਤ ਨੇ ਅਪਡੇਟ ਵੇਖ ਲੈਂਦੇ ਹਾਂ। ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਫ਼ ਤੌਰ 'ਤੇ ਤਸਵੀਰ ਨਜ਼ਰ ਆ ਰਹੀ ਹੈ ਕਿ ਆਖਿਰਕਾਰ ਕਿੰਨੇ ਮਾਮਲੇ ਨੇ। 1,82,176 ਮਾਮਲੇ ਪੰਜਾਬ ਦੇ ਵਿੱਚ ਕੁੱਲ ਹੋ ਚੁੱਕੇ ਨੇ। ਨਵੇਂ ਮਾਮਲਿਆਂ ਦੀ ਗੱਲ ਕਰੀਏ, 582 ਮਾਮਲੇ ਆਏ ਨੇ। ਐਕਟਿਵ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ 4,632 ਐਕਟਿਵ ਕੇਸ ਨੇ, ਅਤੇ ਨਵੀਆਂ ਮੌਤਾਂ ਦੀ ਗੱਲ ਕਰੀਏ ਤਾਂ 7 ਮੌਤਾਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ। ਸੋ ਇਸ ਹਿਸਾਬ ਦੇ ਨਾਲ ਇਹ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਨਜ਼ਰ ਆਏ ਨੇ। ਕੋਰੋਨਾ ਦੀ ਗੱਲ ਕਰੀਏ ਤਾਂ ਕੋਰੋਨਾ ਦੀ ਵਾਪਸੀ ਜਿਹੜੀ ਹੈ ਉਹ ਹੋ ਚੁੱਕੀ ਹੈ। ਸੋ ਨਵੀਆਂ ਮੌਤਾਂ 7 ਹੋਈਆਂ ਨੇ, ਨਵੇਂ ਕੇਸ 582 ਨੇ। ਕੁੱਲ ਮਾਮਲਿਆਂ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਆਂਕੜਾ 1,82,176 ਹੋ ਚੁੱਕਿਆ। ਸੋ ਕੋਰੋਨਾ ਵੀ ਜਿਹੜਾ ਉਹ ਘੱਟ ਨਹੀਂ ਹੈ ਕਹਿ ਸਕਦੇ ਹਾਂ, ਸਮੱਸਿਆਵਾਂ ਦੇਣ ਨੂੰ ਲੋਕਾਂ ਨੂੰ, ਸੋ ਵਾਪਸੀ ਜਿਹੜੀ ਹੈ ਉਹ ਹੋ ਰਹੀ ਹੈ। ਸੋ ਦੱਸ ਦਈਏ ਕਿ ਅੱਜ ਤੋਂ ਕੋਰੋਨਾ ਨੂੰ ਲੈ ਕੇ ਨਵੀਆਂ ਬੰਦਿਸ਼ਾਂ ਨੇ, ਕਿਉਂਕਿ ਜਿਸ ਹਿਸਾਬ ਦੇ ਨਾਲ ਮਾਮਲੇ ਵੱਧ ਰਹੇ ਨੇ ਔਰ ਕੀ ਕੁਝ ਨੇ, ਇੱਕ ਵਾਰ ਵੇਖ ਲੈਣੇ। ਪੇਂਡੂ ਲੈ ਕੇ ਨਵੀਆਂ ਗਾਈਡਲਾਈਨਸ ਆ ਚੁੱਕੀਆਂ ਨੇ, ਸੋਸ਼ਲ ਡਿਸਟੈਂਸ ਜਿਹੜਾ ਰੱਖਣਾ ਪਵੇਗਾ। ਇਨਡੋਰ ਦੇ ਵਿੱਚ 100 ਤੋਂ ਵੱਧ ਲੋਕਾਂ ਦੇ ਇਕੱਠ 'ਤੇ ਪਾਬੰਦੀ ਹੋਏਗੀ, ਉਸ ਤੋਂ ਜ਼ਿਆਦਾ ਇਕੱਠ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਇਨਡੋਰ ਤੋਂ ਬਾਅਦ ਅਗਰ ਗੱਲ ਆਉਂਦੀ ਹੈ ਆਊਟਡੋਰ ਦੀ, ਉਸ ਨੂੰ ਲੈ ਕੇ ਵੀ ਹਿਦਾਇਤਾਂ ਆ ਚੁੱਕੀਆਂ ਨੇ, ਕਿਉਂਕਿ ਜਿਸ ਹਿਸਾਬ ਦੇ ਨਾਲ ਇਕੱਠ ਹੁੰਦਾ ਉਸ ਹਿਸਾਬ ਦੇ ਨਾਲ ਮਾਮਲੇ ਜਿਹੜੇ ਨੇ ਉਹ ਵੱਧਦੇ ਜਾਂਦੇ ਨੇ। ਸੋ ਉਸ ਨੂੰ ਲੈ ਕੇ ਹਿਦਾਇਤਾਂ ਆ ਚੁੱਕੀਆਂ ਨੇ। ਆਊਟਡੋਰ ਦੀ ਗੱਲ ਕਰੀਏ ਤਾਂ 200 ਤੋਂ ਵੱਧ ਲੋਕਾਂ ਦੇ ਇਕੱਠ 'ਤੇ ਪਾਬੰਦੀ ਜਿਹੜੀ ਹੈ ਉਹ ਰਹਿਣ ਵਾਲੀ ਹੈ। ਸੋ ਕੋਰੋਨਾ ਨੂੰ ਲੈ ਕੇ ਨਵੀਆਂ ਗਾਈਡਲਾਈਨਸ, ਸਿਨੇਮਾ ਹਾਲ ਨੂੰ ਲੈ ਕੇ ਫੈਸਲਾ 1 ਮਾਰਚ ਤੋਂ ਬਾਅਦ ਆਏਗਾ, ਔਰ ਹੋ ਸਕਦਾ ਕਿ ਆ ਜਾਏ ਕੜਾ ਫੈਸਲਾ। ਲੋੜ ਪੈਣ 'ਤੇ ਨਾਈਟ ਕਰਫਿਊ ਵੀ ਲਾਇਆ ਜਾ ਸਕਦਾ ਹੈ। ਜ਼ਿਲ੍ਹੇ ਦੇ DC ਜਿਹੜੇ ਨੇ ਇਸ 'ਤੇ ਫੈਸਲਾ ਲੈ ਸਕਦੇ ਨੇ। ਸੋ ਮਾਸਕ ਨਾ ਪਾਉਣ 'ਤੇ ਪੁਲਿਸ ਨੂੰ ਸਖਤਾਈ ਕਾਰਵਾਈ ਦੇ ਹੁਕਮ ਜਿਹੜੇ ਨੇ ਉਹ ਦੇ ਦਿੱਤੇ ਗਏ ਨੇ। ਸੋ ਇਸ ਨੂੰ ਲੈ ਕੇ ਕੁੱਲ ਮਿਲਾ ਕੇ ਮੁੱਖ ਦੀ ਗੱਲ ਇਹ ਆ ਕਿ ਹਿਦਾਇਤਾਂ ਦੀ ਪਾਲਣਾ ਫਿਰ ਤੋਂ ਕਰਨੀ ਪਏਗੀ। ਅੱਜ ਇਸ ਦੌਰ 'ਚੋਂ ਅਸੀਂ ਨਿਕਲੇ ਹਾਂ, ਉਸੇ ਦੌਰ 'ਚ ਸਾਨੂੰ ਲਗਭਗ ਜਿਹੜਾ ਉਹ ਵਾਪਸੀ ਹੁੰਦੀ ਨਜ਼ਰ ਆ ਰਹੀ ਹੈ। ਸੋ ਕੁੱਲ ਮਿਲਾ ਕੇ ਹਾਲਾਤ ਕਿਸ ਤਰ੍ਹਾਂ ਦੇ ਨੇ ਔਰ ਵੇਖ ਲੈਂਦੇ ਹਾਂ। ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਜਿੱਥੇ ਪੀਐਮ ਮੋਦੀ ਨੇ ਵੈਕਸੀਨ ਲਗਵਾਈ ਹੈ ਤਾਂ ਉੱਥੇ ਦੂਸਰੇ ਪੜਾਅ ਦੀ ਵੀ ਵੈਕਸੀਨ ਦੀ ਸ਼ੁਰੂਆਤ ਹੋਈ ਗਈ। ਅੱਜ ਤੋਂ 1 ਮਾਰਚ ਤੋਂ ਵੈਕਸੀਨ ਦੀ ਸ਼ੁਰੂਆਤ, ਔਰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਵੈਕਸੀਨੇਸ਼ਨ ਸ਼ੁਰੂ ਹੋ ਚੁੱਕੀ ਹੈ। ਸੋ ਵੱਡੀ ਖਬਰ ਹੈ, ਵੀ ਵੱਡੀ ਖਬਰ, ਅੱਜ ਤੋਂ ਕੋਵਿਡ ਵੈਕਸੀਨੇਸ਼ਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਹੈ। ਕੋਵਿਡ ਵੈਕਸੀਨੇਸ਼ਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਹੈ। ਸੋ ਦੱਸ ਦਈਏ ਕਿ ਕੋਵਿਡ ਵੈਕਸੀਨੇਸ਼ਨ ਜਿੱਥੇ ਪੀਐਮ ਮੋਦੀ ਉਹਨਾਂ ਦੇ ਵੱਲੋਂ ਵੈਕਸੀਨ ਲਗਵਾਈ ਗਈ ਹੈ, ਉੱਥੇ ਹੀ ਦੂਜੇ ਪੜਾਅ ਦੀ ਸ਼ੁਰੂਆਤ ਹੈ। 60 ਸਾਲ ਤੋਂ ਉੱਪਰ ਦੀ ਉਮਰ ਵਾਲਿਆਂ ਨੂੰ ਜਿਹੜੀ ਹੈ ਵੈਕਸੀਨ ਲੱਗੇਗੀ, ਔਰ ਤਿਆਰੀਆਂ ਇਸ ਦੇ ਲਈ ਲਗਭਗ ਮੁਕੰਮਲ ਹੋ ਚੁੱਕੀਆਂ ਨੇ। ਸੋ ਨਿੱਜੀ ਹਸਪਤਾਲਾਂ ਦੇ ਵਿੱਚ ਵੀ ਜਿਹੜੀ ਹੈ ਵੈਕਸੀਨ ਸ਼ੁਰੂ ਹੋਏਗੀ।